ਵਿਭਾਗ ਦਾ ਕਹਿਣਾ ਹੈ ਕਿ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਕੁਝ ਏਸ਼ੀਆ ਦੇ ਵਿੱਚ ਵਰਖਾ ਹੋ ਸਕਦੀ ਹੈ। ਗੜੇ ਪੈ ਸਕਦੇ ਹੈ। ਥੰਡਰਸਟਾਰਮ ਆ ਸਕਦਾ ਹੈ। ਤੇ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ। ਇਹਨਾਂ ਸਾਰਿਆਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਜ਼ਿਲ੍ਹੇ ਵਾਰ ਵੀ ਗੱਲ ਕਰਾਂਗੇ। ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਗੱਲ ਇਹ ਹੈ ਕਿ ਇਹ ਪਛਮੀ ਡਿਸਟਰਬੈਂਸ ਹੈਗਾ 2 ਤਰੀਕ ਵਾਲਾ ਇਹ ਅੱਗੇ ਨਿਕਲ ਚੱਲਿਆ ਹੈ ਹੁਣ ਇਹਦੇ ਪਿੱਛੇ ਇੱਕ 5 ਤਰੀਕ ਨੂੰ ਪਛਮੀ ਡਿਸਟਰਬੈਂਸ ਆਏਗਾ ਜਿਹੜਾ ਕਿ ਉੱਚਿਆਂ ਪਹਾੜਾਂ ਦੇ ਉੱਪਰ ਕਾਫੀ ਜ਼ਿਆਦਾ ਬਰਫਬਾਰੀ ਕਰੇਗਾ ਤੁਸੀਂ ਇਹ ਦੇਖ ਰਹੇ ਹੋ ਕਿ ਲਾ ਇੱਕ ਕਾਲਾ ਗੂੜਾ ਕਾਲਾ ਨਿਸ਼ਾਨ ਆ ਚੁੱਕਾ ਹੈ ਕੇ ਉੱਤਰਾਖੰਡ ਹਿਮਾਚਲ ਤੇ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਤੇਜ਼ ਬਾਰਿਸ਼ ਜਾਂ ਜ਼ਿਆਦਾ ਬਰਫ਼ਬਾਰੀ ਹੋਣ ਦੀ ਸੰਭਾਵਨਾ ਇਹਨਾਂ ਨੇ ਵਿਅਕਤ ਕਰਤੀ ਹੈ ਜਦੋਂ ਇਹ 5 ਤਰੀਕ ਵਾਲਾ ਜੋ ਸਿਸਟਮ ਆਏਗਾ ਇਹ ਆਪਣਾ ਕੰਮ ਕਰੇਗਾ ਇਸ ਤੋਂ ਪਿੱਛੋਂ ਇੱਕ 9 ਤਰੀਕ ਨੂੰ ਇੱਕ ਪੱਛਮੀ ਡਿਸਟਰਬੈਂਸ ਹੋਰ ਆਏਗਾ ਤਾਂ 5 ਤਰੀਕ ਵਾਲਾ ਜੋ ਸਿਸਟਮ ਹੈ ਇਹਦੇ ਉੱਤੇ ਮੌਸਮੀ ਭਾਗ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ 3 ਮਾਰਚ 2021 ਨੂੰ ਸ਼ਾਮ ਦੇ 3 ਵਜੇ ਤੇ ਇਹਦੇ ਵਿੱਚ ਕੀ ਕੀ ਕਹਿੰਦੇ ਆ ਆਪਾਂ ਜਾਣਦੇ ਆ ਜਿਹੜਾ ਨਵਾਂ ਸਿਸਟਮ ਹੈਗਾ ਇਹ ਹਿਮਾਲਿਆਨ ਰੀਜਨ ਨੂੰ 5 ਮਾਰਚ ਨੂੰ ਪ੍ਰਭਾਵਿਤ ਕਰੇਗਾ ਤੇ ਮੈਦਾਨੀ ਇਲਾਕੇ ਜਿਹੜੇ ਕਿ ਪਹਾੜਾਂ ਦੇ ਨਾਲ ਲੱਗਦੇ ਆ ਖਾਸ ਤੌਰ ਤੇ ਉਹਨਾਂ ਨੂੰ 6 ਮਾਰਚ 2021 ਨੂੰ ਪ੍ਰਭਾਵਿਤ ਕਰੇਗਾ ਤੇ ਵਰਖਾ ਦੀ ਵਾਰਨਿੰਗ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੰਮੂ ਕਸ਼ਮੀਰ ਲਦਾਖ ਗਲਗਤ ਬਾਸਤਾਨ ਮੁਜਫਰਾਬਾਦ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 6 ਅਤੇ 7 ਤਰੀਕ ਨੂੰ 75% ਤੋਂ ਲੈ ਕੇ 100% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ ਤੇ ਜੋ ਪਹਾੜੀ ਉੱਚੇ ਇਲਾਕੇ ਹੈ ਉਹਨਾਂ ਜਗ੍ਹਾ ਤੇ ਬਰਫ ਪਾਰੀ ਹੋਏਗੀ ਤਾਂ 1 2 ਥਾਵਾਂ 1 2 ਥਾਵਾਂ ਦੇ ਉੱਪਰ ਭਾਰੀ ਵਰਖਾ ਜਾਂ ਭਾਰੀ ਬਰਸਬਾਰੀ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਲਦਾਖ ਹਿਮਾਚਲ ਤੇ ਉਤਰਾਖੰਡ ਦੇ ਵਿੱਚ 6 ਅਤੇ 7 ਨੂੰ ਗੜੇ ਪੈਣ ਦੀ ਸੰਭਾਵਨਾ ਵੀ ਇਹਨਾਂ ਨੇ ਕਹੀ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਤਾਂ ਇਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ 6 ਅਤੇ 7 ਨੂੰ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 7 ਮਾਰਚ ਨੂੰ ਹਲਕੀ ਵਰਖਾ ਜਾਂ ਬੂੰਦਾਬੰਦੀ ਹੋਣ ਦੀ ਸੰਭਾਵਨਾ ਹੈ ਮਤਲਬ ਕਿ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਹਦੇ ਨਾਲ ਇਹ ਕਿਹਾ ਹੈਗਾ ਹੈ ਕਿ ਪੰਜਾਬ ਉੱਤਰੀ ਹਰਿਆਣਾ ਚੰਡੀਗੜ੍ਹ ਤੇ ਕੁਝ ਏਰੀਆ ਜਿਹੜਾ ਹੈਗਾ ਪੱਛਮੀ ਉੱਤਰ ਪ੍ਰਦੇਸ਼ ਦਾ ਉੱਥੇ 7 ਤਰੀਕ ਨੂੰ ਥੰਡਰਸਟਾਰਮ ਆ ਸਕਦਾ ਹੈ ਬਿਜਲੀ ਲਸ਼ਕਨ ਬਿਜਲੀ ਡਿੱਗਣ ਦੀ ਕਾਰਵਾਈ ਹੋ ਸਕਦੀ ਹੈ ਤੇ ਗੜੇ ਪੈ ਸਕਦੇ ਹੈ। ਕਲੀਅਰ ਹੈ? ਇਹਦੇ ਨਾਲ ਨਾਲ ਤਾਪਮਾਨ ਦੀ ਪ੍ਰੋਡਕਸ਼ਨ ਵੀ ਜਾਰੀ ਕੀਤੀ ਗਈ ਹੈ। ਤਾਪਮਾਨ ਦੇ ਬਾਰੇ ਇਹਨਾਂ ਨੇ ਆ ਕੀ ਕਿਹਾ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਅਗਲੇ 4 ਤੋਂ 5 ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਹੈਗਾ 28 ਤੋਂ 33 ਡਿਗਰੀ ਸੈਂਟੀਗ੍ਰੇਡ ਦੇ ਵਿਚਾਲੇ ਬਣਿਆ ਰਹੇਗਾ। ਪਰੰਤੂ 7 ਤਰੀਕ ਤੋਂ ਇਹ 3 ਤੋਂ 4 ਡਿਗਰੀ ਥੱਲੇ ਡਿੱਗ ਪੇਗਾ 28 ਤੋਂ 33 ਦੀ بجائے ਜਿਹੜਾ ਹੈਗਾ 24 ਤੋਂ 28 ਡਿਗਰੀ ਦੇ ਵਿਚਾਲੇ ਇਹ ਆ ਜਾਏਗਾ ਕਿਉਂਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਇਹਦਾ ਪ੍ਰਭਾਵ ਪਏਗਾ ਤਾਂ ਦੋਸਤੋ ਇਹਦੇ ਕਰਕੇ ਇਹ ਵਾਰਨਿੰਗ ਹੈ ਖਾਸ ਤੌਰ ਤੇ ਜਿਹੜਾ ਹੈਗਾ 6 7 ਨੂੰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ 6 7 ਨੂੰ ਪੰਜਾਬ ਦੇ ਵਿੱਚ 7 ਨੂੰ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ 7 ਨੂੰ ਪੱਛਮੀ ਰਾਜਸਥਾਨ ਇਸ ਸਮੇਂ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਤਾਂ ਜ਼ਿਲ੍ਹੇ ਵਾਰ ਗੱਲ ਕਰੀਏ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਵਰਖਾ ਹੋ ਸਕਦੀ ਹੈ ਦੋਸਤੋ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਜਿਹੜੇ ਜ਼ਿਲ੍ਹੇ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ 6 ਤਰੀਕ ਨੂੰ ਵਰਖਾ ਹੋ ਸਕਦੀ ਹੈ ਕੁਝ ਸਥਾਨਾਂ ਦੇ ਉੱਪਰ ਇਹਦੇ ਨਾਲ ਨਾਲ ਜਿਹੜੀ 6 ਤਰੀਕ ਦੀ ਵਰਖਾ ਰੂਪਨਗਰ ਦੇ ਵਿੱਚ ਵੀ ਹੋ ਸਕਦੀ ਹੈ ਤੇ 7 ਤਰੀਕ ਵਾਲੀ ਜਿਹੜੀ ਵਰਖਾ ਹੈਗੀ ਹੈ पठानकोट गुरदासपुर पॉइंट छे तो चौंह पॉइंट चार मिलीमीटर तक अमृतसर पंद्रह पॉइंट पं मिलीमीटर तक तरन तारण पंद्रह पॉइंट पं मिलीमीटर तक हुशियारपुर पंद्रह पॉइंट छे तो चौंह पॉइंट चार मिलीमीटर नवाशहर पंद्रह पॉइंट छे तो चौंठ पॉइंट चार मिलीमीटर कपूरथला पंद्रह पॉइंट छे तो चौंठ पॉइंट चार मिलीमीटर ਜਲੰਧਰ 15.6 ਤੋਂ 64.4 ਮਿਲੀਮੀਟਰ ਤੱਕ ਵਰਖਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਸਤਸਾਹਿਬ, ਮੋਗਾ, ਬਠਿੰਡਾ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਆਹ ਜਿਹੜੇ ਜ਼ਿਲ੍ਹਿਆਂ ਦੇ ਨਾਮ ਲਏ ਆ ਇਹਨਾਂ ਵਿੱਚ ਵਰਖਾ ਨਹੀਂ ਹੋਏਗੀ। ਲੁਧਿਆਣਾ ਦੇ ਵਿੱਚ ਹਲਕੀ ਵਰਖਾ 7 ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ। ਬਰਨਾਲਾ, ਮਾਨਸਾ, ਸੰਗਰੂਰ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਫਤੇਗੜ ਸਾਹਿਬ ਪਟਿਆਲਾ ਐਸਐਸ ਨਗਰ ਤੇ ਰੂਪਨਗਰ 7 ਤਰੀਕ ਨੂੰ 15.5 ਮਿਲੀਮੀਟਰ ਤੱਕ ਦੀ ਵਰਖਾ ਇਹਦੇ ਕੁਝ ਸਥਾਨਾਂ ਤੇ ਹੋ ਸਕਦੀ ਹੈ ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਵਰਖਾ ਜਿਹੜੀ ਹੈਗੀ ਆ ਪੂਰੇ ਦਾ ਪੂਰਾ ਜ਼ਿਲ੍ਹਾ ਕਵਰ ਨਹੀਂ ਕਰੇਗੀ ਕੇਵਲ ਜਿਹੜਾ ਹੈਗਾ 25 ਤੋਂ 30% ਏਰੀਆ ਵਰਖਾ ਦੁਆਰਾ ਕਵਰ ਕੀਤਾ ਜਾਏਗਾ ਮੌਸਮੀ ਵਾਰਨਿੰਗ ਜਾਰੀ ਹੋਈ ਹੈ yellow color ਦੀ ਵਾਰਨਿੰਗ ਹੈ ਵਾਰਨਿੰਗ ਦੇ ਵਿੱਚ ਬਿਜਲੀ ਲਿਸ਼ਕਣ, ਥੰਡਰ ਸਟਾਰਮ ਤੇ ਗੜੇ ਪੈਣ ਦੀ ਵਾਰਨਿੰਗ ਹੈ। ਇਹ ਵਾਰਨਿੰਗ ਹੈ ਜੀ ਪਠਾਨਕੋਟ, ਬਰਦਾਸਪੁਰ, ਸ਼੍ਰੀ ਅਮਰਸਾਹਬ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਲੁਧਿਆਣਾ ਦੇ ਨਾਲ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਤੇ 7 ਤਰੀਕ ਦੇ ਲਈ ਇਹ ਵਾਰਨਿੰਗ ਜਾਰੀ ਹੋਈ ਹੈ। ਤਾਂ ਇਸ ਸਮੇਂ ਦੇ ਦੌਰਾਨ ਹਵਾ ਦੀ ਗਤੀ ਤੇਜ਼ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਅਗਲਾ ਸਿਸਟਮ 9 ਮਾਰਚ 2021 ਨੂੰ ਪ੍ਰਭਾਵਿਤ ਕਰੇਗਾ ਤੇ ਜੋ ਦਾ ਪ੍ਰਭਾਵ ਹੋਏਗਾ ਉਹ ਤੁਹਾਡੇ ਨਾਲ ਡਿਸਕਸ ਕਰ ਲਿਆ ਜਾਏਗਾ ਹੁਣ ਗੱਲ ਕਰਦੇ ਹਾਂ ਕੇਂਦਰ ਸ਼ਾਸਿਤ ਚੰਡੀਗੜ੍ਹ ਅਤੇ ਹਰਿਆਣਾ ਦੀ ਉਸ ਤੋਂ ਪਿੱਛੇ ਪੱਛਮੀ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਹੀ ਆ ਪਹਿਲਾਂ ਕੇਂਦਰ ਸ਼ਾਸਿਤ ਚੰਡੀਗੜ੍ਹ 7 ਤਰੀਕ ਨੂੰ ਵਰਖਾ ਹੋ ਸਕਦੀ ਹੈ ਪੰਚਕੁਲਾ ਅੰਬਾਲਾ ਯਮਨਾ ਨਗਰ ਕੁਰੂਕਸ਼ੇਤਰ ਕਰਨਾਲ ਕੈਥਲ 15.5 ਮਿਲੀਮੀਟਰ ਤੱਕ ਵਰਖਾ ਹੋਣ ਦੀ ਸੰਭਾਵਨਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦਾ 25% ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਮਹਿੰਦਰਗੜ ਰਵਾਰੀ ਗੁਰੂਗ੍ਰਾਮ ਫਰੀਦাবাদ ਮੇਵਤ ਪਲਵਲ ਜੱਜਰ ਰੋहतक ਸੋਨੀਪਾ ਰੋहतक ਇਹ ਏਰੀਆ ਦੇ ਵਿੱਚ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਮੌਸਮ ਖੁਸ਼ਕ ਬਣਿਆ ਰਹੇਗਾ ਜਦੋਂ ਕਿ ਸੋਨੀਪਾਤ ਅਤੇ ਪਾਣੀਪਤ ਦੇ ਵਿੱਚ 25% ਏਰੀਆ ਦੇ ਵਿੱਚ ਸਮਭਾਵਨਾ ਇਹ ਹੈ ਕਿ ਜਿਹੜੀ ਵਰਖਾ 15.5 ਮਿਲੀਮੀਟਰ ਤੱਕ ਹੋਏਗੀ ਵਰਖਾ ਹੋਣ ਦੀ ਸੰਭਾਵਨਾ 25 ਤੋਂ 50% ਤੱਕ ਹੈ ਸਿਰਸਾ ਫਤਿਆਬਾਦ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜੀਨ ਦੇ ਵਿੱਚ 15.5 ਮਿਲੀਮੀਟਰ ਵਰਖਾ ਹੋ ਸਕਦੀ ਹੈ ਹਿਸਾਰ ਭਿਵਾਨੀ ਚਰਖੀਦਾਦਰੀ ਇਹ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਵਾਰਨਿੰਗ ਜਾਰੀ ਹੋਈ ਹੈ ਕੁਝ ਜਗ੍ਹਾ ਤੇ ਗੜਿਆਂ ਦੀ ਥੰਡਰ ਸਟਾਰਮ ਦੀ ਤੇ ਬਿਜਲੀ ਲਿਸ਼ਕਣ ਦੀ ਕੇਂਦਰ ਸ਼ਾਸਿਤ ਚੰਡੀਗੜ੍ਹ ਪੰਚਕੁਲਾ ਅੰਬਾਲਾ ਯਮਨਾ ਨਗਰ ਕੁਰਕਸ਼ੇਤਰ ਕੈਥਲ ਕਰਨਾਲ 7 ਤਰੀਕ ਲਈ yellow color ਦੀ warning ਜਾਰੀ ਹੋਈ ਹੈ ਜਦੋਂ ਕਿ ਪਾਣੀ ਪੱਦੇ ਵਿੱਚ ਵੀ 7 ਤਰੀਕ ਦੀ ਜਿਹੜੀ ਇਹ yellow color ਦੀ warning ਜਾਰੀ ਹੋਈ ਹੈ ਕਿ ਥੰਡਰਸਟੋਰਮ ਆ ਸਕਦਾ ਬਿਜਲੀ ਲਿਸ਼ਕਣ ਦੀਆਂ ਸੰਭਾਵਨਾ ਬਣ ਸਕਦੀ ਹੈ ਤਾਂ ਦੋਸਤੋ ਹਰਿਆਣਾ ਦੇ ਵਿੱਚ ਵੀ ਹਵਾ ਦੀ ਸਥਿਤੀ ਇਸ ਸਮੇਂ ਤੇਜ਼ ਬਣੇ ਰਹਿਣ ਦੀ ਸੰਭਾਵਨਾ ਹੈ ਹੁਣ ਗੱਲ ਕਰਦੇ ਹਾਂ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਸ਼੍ਰੀ ਕੰਗਾਨਗਰ ਹਰਿਮਾਨ ਗੜ ਦੇ ਵਿੱਚ ਤਾਪਮਾਨ ਦੇ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰੰਤੂ ਮੌਸਮ ਇਸ ਸਮੇਂ ਦੌਰਾਨ ਖੁਸ਼ਕ ਬਣਿਆ ਰਹੇਗਾ ਤੇ ਹਲਕੀ ਬੱਦਲਵਾਈ ਛਾਏ ਰਹਿਣ ਦੀ ਸੰਭਾਵਨਾ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵਾਰਨਿੰਗ ਕਿਸੇ ਕਿਸਮ ਦੀ ਨਹੀਂ ਹੈਗੀ ਹਾਂ 7 ਤਰੀਕ ਤੋਂ ਕੁਝ ਏਰੀਏ ਦੇ ਵਿੱਚ ਜਿਹੜਾ ਹੈਗਾ ਵਰਖਾ ਹੋਣ ਦੀ ਸੰਭਾਵਨਾ ਜ਼ਰੂਰ ਪ੍ਰਗਟ ਕੀਤੀ ਹੈ ਭਾਰਤੀ ਮੌਸਮ ਵਿਭਾਗ ਦਿੱਲੀ ਨੇ ਜੰਮੂ ਜੰਮੂ ਦੇ ਵਿੱਚ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਗਰਾਵਟਾਉਣ ਜਾ ਰਹੀ ਹੈ ਦੁਆਰਾ ਤੋਂ ਤਾਪਮਾਨ 22 ਨੂੰ ਟੱਚ ਕਰਨ ਜਾ ਰਿਹਾ ਹੈ 6 ਤਰੀਕ ਨੂੰ ਸੰਘਣੀ ਬੱਦਲਬਾਈ ਛਾਇ ਰਹਣ ਦੀ ਸੰਭਾਵਨਾ ਹੈ ਤੇ 7 ਤਰੀਕ ਨੂੰ ਜਿਹੜਾ ਹੈਗਾ 15.6 ਤੋਂ 64.4 ਮਿਲੀਮੀਟਰ ਤੱਕ ਵਰਖਾ ਹੋਣ ਦੀ ਸੰਭਾਵਨਾ ਹੈ ਤਾਂ ਦੋਸਤੋ ਇਹ ਸੀਗਾ ਭਾਰਤੀ ਮੌਸਮ ਵਿਭਾਗ ਨਵੀਂ ਦਿੱਲੀ ਚੰਡੀਗੜ੍ਹ ਜੈਪੁਰ ਅਤੇ ਲਖਨਊ ਦੁਆਰਾ ਉਪਲਬਧ ਕਰਾਇਆ ਗਿਆ ਡਾਟਾ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ ਇਸ ਤੋਂ ਅਗਲਾ ਸਿਸਟਮ ਜੋ ਆਏਗਾ ਉਹ ਕਿਸ ਤਰੀਕੇ ਨਾਲ ਪ੍ਰਭਾਵ ਕਰੇਗਾ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਅੱਗੇ ਪਰੰਤੂ ਹੁਣ ਵਾਸਤੇ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਕੇਵਲ ਤੇ ਕੇਵਲ 25% ਏਰੀਆ ਕਵਰ ਹੋਏਗਾ ਇਹ ਨਹੀਂ ਕਿ ਜਿਹੜੇ ਜ਼ਿਲ੍ਹਿਆਂ ਦੇ ਨਾਮ ਲਏ ਆ ਉਹਨਾਂ ਦੇ ਸਾਰੇ ਦੇ ਸਾਰੇ ਏਰੀਆ ਵਿੱਚ ਵਰਖਾ ਹੋ ਜਾਵੇ ਮਿਹਰਬਾਨੀ ਜੀ ਜੇ ਵੀਡੀਓ ਅਖੀਰ ਤੱਕ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਲ ਬਟਨ ਆਪਕੇ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਲੈਣ ਤਾਂ ਕਿ ਖੇਤੀ ਸਬੰਧੀ ਜੋ ਲੇਟੈਸਟ ਜਾਣਕਾਰੀ ਹੈ ਉਹ ਤੁਹਾਡੇ ਫੋਨ ਤੱਕ ਪਹੁੰਚਦੀ ਰਹੇ ਮਿਹਰਬਾਨੀ ਦੋਸਤੋ